हेलो स्टूडेंट्स, सत श्री अकाल। थोड़ा सब तो फिर तो स्वागत है थोड़े अपने यूट्यूब चैनल 24/7 एजुकेशन हब ते। मैं अमन चुक आज लेके आ रहे हैं पार्ट नंबर 11 ऑफ साइंस बेस्ड 1100 प्लस एमसीक्यू बेस्ड क्वेश्चन आंसर्स विद एक्सप्लेनेशन। तो स्टूडेंट्स, ये वीडियो मैं अगेन आखता पाया पंजाब वार्ड अटेंडेंट वाले स्टूडेंट्स, ईटीटी पेपर सेकंड स्टूडेंट्स ते नाल दी नाल ही इंदे आरआरबी एनटीपीसी ਦਾ ਜਿਹੜਾ ਕਿ ਐਗਜ਼ਾਮ 15 ਦਸੰਬਰ ਨੂੰ ਹੁਣ ਫਾਈਨਲ ਹੋ ਚੁੱਕਿਆ ਹੈ, ਉਹ ਵਾਲੇ ਬੱਚਿਆਂ ਲਈ ਵੀ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਤਾਂ ਪਲੀਜ਼ ਜੇ ਵੀਡੀਓ ਵਧੀਆ ਲੱਗੇ ਤਾਂ ਨੂੰ ਲਾਈਕ ਕਰੋ, ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਅੱਜ ਸਟੂਡੈਂਟਸ ਲੈਟਸ ਸਟਾਰਟ ਦਾ ਟੌਪਿਕ। ਪਹਿਲਾ ਕੁਐਸਚਨ, ਇਨ ਹਿਊਮਨ ਬੀਇੰਗਸ ਦ ਪ੍ਰੋਸੈਸ ਆਫ ਡਾਈਜੈਸ਼ਨ ਆਫ ਫੂਡ ਬਿਗਿਨਸ ਇਨ ਡੈਸ਼। ਮਤਲਬ ਮਨੁੱਖਾਂ ਦੇ ਵਿੱਚ ਭੋਜਨ ਦੇ ਪਚਨ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ, ਕਿੱਥੋਂ ਸਟਾਰਟ ਹੁੰਦੀ ਹੈ? ਆਪਸ਼ਨਸ ਨੇ ਆਪਣੇ ਕੋਲ, ਸਟਮਕ ਮਤਲਬ ਪੇਟ, ਫੂਡ ਪਾਈਪ ਔਰ ਓਸਫੇਗਸ, ਸੀ ਮੂੰਹ ਮਤਲਬ ਮਾਊਥ, ਡੀ ਸਮਾਲ ਇੰਟੈਸਟਾਈਨ ਬੋਲੇ ਤੋਂ ਨਿੱਕੀ ਆਂਦੜੀ। ਠੀਕ ਹੈ ਜੀ, ਨਿੱਕੀ ਆਂਦੜੀ ਜਿਹੜੀ ਆਪਣੀ ਹੁੰਦੀ ਹੈ। ਤਾਂ ਇਹਦਾ ਰਾਈਟ ਆਨਸਰ ਹੈ ਸਟੂਡੈਂਟਸ, ਉਹ ਹੈ ਆਪਣੇ ਕੋਲ ਆਪਸ਼ਨ ਨੰਬਰ ਸੀ। ਦੇਖੋ ਸਟੂਡੈਂਟ, ਜਦੋਂ ਵੀ ਆਪਾਂ ਰੋਟੀ ਖਾਂਦੇ ਹਾਂ ਤਾਂ ਰੋਟੀ ਨੂੰ ਅੰਦਰ ਲੰਘਾਉਣ ਲਈ ਕਿਹਦਾ ਯੂਜ਼ ਕੀਤਾ ਜਾਂਦਾ? ਮੂੰਹ ਦਾ ਯੂਜ਼ ਹੋਏਗਾ, ਓਬਵੀਅਸ ਚੀਜ਼ ਹੈ। ਇਸ ਕਰਕੇ ਜਿਹੜਾ ਪ੍ਰੋਸੈਸ ਆਫ ਡਾਈਜੈਸ਼ਨ ਹੈ, ਇਟ ਸਟਾਰਟਸ ਫਰੋਮ ਦਾ ਮਾਊਥ। ਠੀਕ ਹੈ ਜੀ, ਮਾਊਥ ਤੋਂ ਸਟਾਰਟ ਹੋ ਜਾਂਦਾ ਤੇ ਐਂਡ ਕਿੱਥੇ ਹੁੰਦਾ? ਇਟ ਐਂਡਸ ਐਟ ਦਾ ਸਮਾਲ ਇੰਟੈਸਟਾਈਨ। ਉੱਥੋਂ ਦੀ ਕੀ ਹੁੰਦੀ ਹੈ? ਐਬਜ਼ੋਰਪਸ਼ਨ ਹੋਣੀ ਸਟਾਰਟ ਹੋ ਜਾਂਦੀ ਹੈ। ਤੇ ਇਹ ਆਪਣੇ ਸਾਹਮਣੇ ਸਕਰੀਨ ਤੇ ਕੁਝ ਇਹਦੇ ਡਿਫਰੈਂਟ ਔਰਗਨੈਲੀਜ ਆਪਾਂ ਕਹਿ ਸਕਦੇ ਹਾਂ, ਔਰਗਨਸ ਆਖ ਸਕਦੇ ਹਾਂ, ਜਿਹੜੇ ਕਿ ਹੈਲਪਫੁਲ ਨੇ ਫੋਰ ਦਾ ਪ੍ਰੋਸੈਸ ਆਫ ਨਿਊਟ੍ਰੀਸ਼ਨ ਦੇ ਲਈ। ਠੀਕ ਹੈ ਜੀ, ਤਾਂ ਫਸਟ ਇਸਤੇਮਾਲ ਕਹਿੰਦਾ ਮਾਊਥ ਦਾ, ਫਿਰ ਸਲਾਈਵਾ, ਫਿਰ ਉਸ ਤੋਂ ਬਾਅਦ ਆਪਣੇ ਜਿਹੜੀ ਓਸਫੇਗਸ ਬੋਲੇ ਤੋਂ ਫੂਡ ਪਾਈਪ, ਫਿਰ ਉਹਦੇ ਤੋਂ ਆਉਂਦਾ ਸਟਮਕ ਦੇ ਵਿੱਚ, ਫਿਰ ਉੱਥੋਂ ਜਦੋਂ ਆ ਰਿਹਾ ਹੁੰਦਾ ਨੀਚੇ ਤਾਂ ਉਹਦੇ 'ਚ ਕੀ ਆਉਂਦਾ ਆਪਣੇ ਕੋਲ? ਉਹਦੇ 'ਚ ਹੁੰਦਾ ਹੈ ਇਟ ਐਡਿਡ ਦਾ ਜੂਸ ਫਰੋਮ ਲੀਵਰ ਐਂਡ ਪੈਂਕਰੀਆਸ, ਫਿਰ ਆਉਂਦਾ ਨੀਚੇ ਸਮਾਲ ਇੰਟੈਸਟਾਈਨ ਦੇ ਵਿੱਚ, ਫਿਰ ਉੱਥੇ ਉਹਦੀ ਐਬਜ਼ੋਰਪਸ਼ਨ ਹੁੰਦੀ ਹੈ। ਐਬਜ਼ੋਰਪਸ਼ਨ ਤੋਂ ਬਾਅਦ ਜਿਹੜਾ ਐਕਸਟਰਾ ਫੂਡ ਮਟੀਰੀਅਲ ਬਚ ਜਾਂਦਾ ਹੈ ਅਸਿਮੀਲੇਸ਼ਨ ਲਈ, ਉਹ ਵੀ ਹੁੰਦੀ ਹੈ ਇੱਥੇ, ਫਿਰ ਉਹ ਲਾਰਜ ਇੰਟੈਸਟਾਈਨ ਦੇ ਵਿੱਚੋਂ ਐਂਡ ਦੇ ਕੀ ਹੁੰਦਾ ਰੈਕਟਮ ਵਿੱਚ ਆਪਣੀ ਇਕੱਠਾ ਹੋ ਜਾਂਦਾ ਹੈ ਤੇ ਆਫਟਰ ਸਮ ਟਾਈਮ ਵੀ ਵਿਲ ਸਪਰੈਡ ਇਟ ਆਊਟ, ਮਤਲਬ ਉਹਨੂੰ ਆਪ ਬਾਹਰ ਨਿਕਾਲ ਦਿੰਦੇ ਬਾਏ ਦਾ ਹੈਲਪ ਆਫ ਇਨਸ। ਇਹ ਆਪਣਾ ਕੀ ਹੁੰਦਾ ਹੈ, ਪੂਰਾ ਪ੍ਰੋਸੀਜਰ ਹੈ। ਜੇ ਬੱਚੋ ਤੁਹਾਨੂੰ ਮੇਰੇ ਤੋਂ ਇਹ ਚੀਜ਼ ਸਿੱਖਣੀ ਹੈ ਕਿ ਕਿਸ ਵੇ ਨਾਲ ਸਰ ਇਹ ਸਾਰਾ ਕੁਛ ਹੁੰਦਾ ਹੈ, ਤਾਂ ਪਲੀਜ਼ ਤੁਸੀਂ ਆਪਣੇ ਰਿਵਿਊ ਸਾਨੂੰ ਦਿਓ, ਤਾਂ ਕਿ ਅਸੀਂ ਇੱਕ ਪਰਟੀਕੁਲਰ ਛੋਟੇ ਜਿਹੇ ਟੋਪਿਕ ਲਈ 5-5 ਮਿੰਟ ਦੀ ਇੱਕ ਲੈਕਚਰ ਰੱਖ ਸਕੀਏ, ਜਿਹਦੇ ਵਿੱਚ ਤੁਹਾਨੂੰ ਉਹ ਟੋਪਿਕ A to Z ਪੂਰਾ ਸਮਝਾ ਦਿੱਤਾ ਜਾਵੇ। ਸੋ ਸਟੂਡੈਂਟਸ, ਲੈਟਸ ਮੂਵ ਟੂ ਦਾ ਨੈਕਸਟ ਕੁਐਸਚਨ। Which of the following organism have parasitic mode of nutrition? Option A. A option is Penicillium. B option Plasmodium. C Paramecium. D Tota. Bole to parrot. The students and the right answer hai jo hai wo apne ko Plasmodium, option number B. Plasmodium ek type of insect hai which shows parasitic mode of nutrition. ਹੁਣ ਤੁਹਾਨੂੰ ਇੱਥੇ ਬੱਚੋ ਇਹ ਚੀਜ਼ ਸਮਝਾ ਦਈਏ ਕਿ ਜਿਹੜਾ ਨਿਊਟ੍ਰੀਸ਼ਨ ਹੈ ਇਹਦੇ ਦੋ ਹੁੰਦੇ ਨੇ, ਇੱਕ ਹੁੰਦਾ ਆਟੋਟ੍ਰੋਫਿਕ ਮੋਡ ਆਫ ਨਿਊਟ੍ਰੀਸ਼ਨ, ਇੱਕ ਹੁੰਦਾ ਹੈਟਰੋਟ੍ਰੋਫਿਕ। ਆਟੋ ਮਤਲਬ ਇਹੋ ਜੇ ਗ੍ਰੀਨ ਪਲਾਂਟਸ, ਸਮ ਐਨੀਮਲਸ, ਕੁਛ ਐਕਸੈਪਸ਼ਨ ਐਨੀਮਲਸ, ਜਿਹੜਾ ਆਪਣਾ ਫੂਡ ਖੁਦ ਪ੍ਰੀਪੇਅਰ ਹੁੰਦਾ ਹੈ ਜਿੰਨਾ ਵਿੱਚ, ਉਹਨੂੰ ਕਹਿੰਦੇ ਆਟੋਟ੍ਰੋਫਿਕ ਮੋਡ ਆਫ ਨਿਊਟ੍ਰੀਸ਼ਨ। ਹੈਟਰੋ ਵਾਲੇ ਉਹ ਹੁੰਦੇ ਜਿਹੜੇ ਦੂਜਿਆਂ ਤੇ ਕੀ ਕਰਦੇ ਨੇ, ਡਿਪੈਂਡੈਂਟ ਹੈ ਫੋਰ ਇਟਸ ਫੂਡ। ਹੁਣ ਹੈਟਰੋ ਵੀ ਅੱਗੋਂ ਕੀ ਹੁੰਦੇ ਨੇ, ਅਲੱਗ ਅਲੱਗ ਟਾਈਪਸ ਦੇ ਹੁੰਦੇ ਆ। ਫੋਰ ਐਗਜ਼ਾਮਪਲ, ਫਸਟ ਹੁੰਦਾ ਹੋਲੋਜ਼ਾਇਕ ਮੋਡ ਆਫ ਨਿਊਟ੍ਰੀਸ਼ਨ। ਹੋਲੋਜ਼ਾਇਕ ਦਾ ਮਤਲਬ ਇਹ ਹੁੰਦਾ, ਇਹੋ ਜਿਹਾ ਔਰਗੈਨਿਜ਼ਮ ਜੋ ਉਹਦੇ ਵਿੱਚ ਪੂਰਾ ਪ੍ਰੋਸੀਜਰ ਹੁੰਦਾ ਹੈ, ਜਿਵੇਂ ਆਪਣਾ ਹਿਊਮਨਸ ਦੇ ਵਿੱਚ, ਪਹਿਲੇ ਉਹ ਬਾਏ ਦਾ ਹੈਲਪ ਆਫ ਮਾਊਥ ਫੂਡ ਨੂੰ ਅੰਦਰ ਲੈ ਕੇ ਜਾਂਦਾ ਹੈ, ਫਿਰ ਉਹਦੇ ਹਜ਼ਮ ਹੁੰਦਾ ਹੈ, ਐਬਜ਼ੋਰਪਸ਼ਨ ਹੁੰਦੀ ਹੈ, ਸਿਮੂਲੇਸ਼ਨ ਹੁੰਦੀ ਹੈ ਤੇ ਐਂਡ ਤੇ ਬਾਹਰ ਨਿਕਲਦਾ ਹੈ। ਪਰ ਇਹੋ ਜਿਹੇ ਔਰਗੈਨਿਜ਼ਮ ਜਿਹਨੇ ਸਭ ਕੁਛ ਹੁੰਦਾ ਉਹਨੂੰ ਕਹਿੰਦੇ ਹੋਲੋਜ਼ਾਇਕ ਮੋਡ ਆਫ ਨਿਊਟ੍ਰੀਸ਼ਨ। ਐਗਜ਼ਾਮਪਲਸ ਕੀ ਨੇ, ਹਿਊਮਨ ਐਂਡ ਐਨੀਮਲਸ ਜਿਹੜੇ ਵੀ ਆਪਣੇ ਆਸੇ ਪਾਸੇ ਵਿਖਦੇ ਆ ਆਪਾਂ ਨੂੰ। ਸੈਕਿੰਡ ਹੈ ਸੈਪਰੋਫਿਟਿਜ਼ਮ, ਯੈਸ, ਜਾਂ ਆਪਾਂ ਇਹਨਾਂ ਔਰਗੈਨਿਜ਼ਮਸ ਨੂੰ ਆਪਾਂ ਕਹਿੰਦੇ ਹਾਂ ਸੈਪਰੋਫਾਈਟਸ। ਸੈਪਰੋਫਾਈਟਸ ਉਹ ਹੁੰਦੇ ਨੇ ਜਿਹੜੇ ਵਸਤੂਆਂ ਦਾ ਐਂਡ ਹੋ ਚੁੱਕਿਆ ਹੈ, ਜਿਹੜੀਆਂ ਵਸਤੂਆਂ
सड़ चुकियां हन, ਉਹਨਾਂ ਦੇ ਉੱਤੇ ਜਿਵੇਂ ਆਪਾਂ ਵੇਖਦੇ ਹਾਂ ਕੁਛ ਉਹ ਲਿਚੜ ਵਗੈਰਾ ਜਿਹੜੇ ਹੁੰਦੇ ਨੇ, ਅਰਥਵਰਮਸ ਵਗੈਰਾ ਹੁੰਦੇ ਨੇ, ਉਹ ਉਹਨਾਂ ਉੱਤੇ ਐਕਟ ਕਰਦੇ ਨੇ। ਸੋ ਇਟ ਇਨਕਲੂਡਸ ਬੈਕਟੀਰੀਆ ਐਂਡ ਫੰਜਾਈ, ਜਿਹੜੇ ਕਿ ਜਿਹੜਾ ਫੂਡ ਹੁਣ ਇਸਤੇਮਾਲ ਲਾਇਕ ਨਹੀਂ ਹੈਗਾ ਉਹਨਾਂ ਦੇ ਉੱਤੇ ਆਉਂਦੇ ਨੇ, ਜਾਂ ਜਿਹੜੀ ਆਪਣੀਆਂ ਜਦੋਂ ਆਪਾਂ ਐਕਸਪਾਇਰ ਹੋ ਜਾਂਦੇ ਹਾਂ ਤਾਂ ਕੁਛ ਜਿਹੜੀਆਂ ਐਨੀਮਲਸ ਵਗੈਰਾ ਜਿਹੜੀਆਂ ਹੁੰਦੀਆਂ ਉਹਨਾਂ ਦੀਆਂ ਜਿਹੜੀਆਂ ਲਾਸ਼ਾਂ ਹੁੰਦੀਆਂ ਨੇ ਉਹਨਾਂ ਉੱਤੇ ਵੀ ਉਹ ਐਨੀਮਲਸ ਹੁੰਦੇ ਆ, ਉਹਨੂੰ ਕਹਿੰਦੇ ਆ ਸੈਪਰੋਫਾਈਟਿਕ। लास्ट आंदा है अपने को पैरासाइटिक मोड ऑफ न्यूट्रिशन, एहो जे ऑर्गेनिज्म जेडे दूजियां दे उत्ते रह के उन्हां तों फूड लैंदे आ। हुण सब तों वधिया एग्जांपल लगी लिसिस, मतलब जुआ जेडे कि अपने उत्ते रह के अपने ही आपां नूं कोई हार्मफुल नहीं हुंदा, उहदा कोई भी हार्म नहीं आपां नूं, बट ओह अपने उत्ते रह के अपना जिहड़ी रोटी है ओह अपने तों ही ਲੈਂਦੇ ਹਨ। ਠੀਕ ਹੈ ਜੀ, ਹੋਸਟ ਦਾ ਜਿਹੜਾ ਹੁੰਦਾ ਹੋਸਟ ਹੁੰਦਾ ਜਿਹਦੇ ਉੱਤੇ ਉਹ ਆਰਗੈਨਿਜ਼ਮ ਰਹਿ ਰਿਹਾ। ਠੀਕ ਹੈ, ਤਾਂ ਇਹ ਹੁੰਦੇ ਨੇ ਤਿੰਨ ਡਿਫਰੈਂਟ ਟਾਈਪ ਆਫ ਹੈਟਰੋਟ੍ਰੋਫਿਕ ਮੋਡ ਆਫ ਨਿਊਟ੍ਰੀਸ਼ਨ। ਨੈਕਸਟ ਕੁਐਸਚਨ ਹੈ, ਵਿਚ ਆਫ ਦ ਫੋਲੋਇੰਗ ਸਟੇਟਮੈਂਟ ਇਜ਼ ਰਾਈਟ ਅਬਾਊਟ ਆਇਨਿਕ ਕੰਪਾਊਂਡਸ। ਆਇਨਿਕ ਕੰਪਾਊਂਡ ਦੇ ਲਈ ਕਿਹੜੀ ਚੀਜ਼ ਜਿਹੜੀ ਆਪਸ਼ਨ ਲਿਖੀ ਹੈ ਫਸਟ ਸੈਕਿੰਡ ਐਂਡ ਥਰਡ, ਕਿਹੜੀ ਇਹਨਾਂ ਠੀਕ ਨੇ ਤੇ ਇਹੋ ਜਿਹੀ ਇੱਕ ਹੋ ਵੀ ਸਕਦੀ ਜਿਹੜੀ ਨਾ ਸਹੀ ਹੋਵੇ। The options are both first and third, first and second, second and third, all the three. On options, ki ne apne ko. First, ki likhi hai, ionic amount conduct electricity when dissolved in water. Jado apa ionic compounds nu water de vich ki karde mix, ta ohde electricity nikal di hai. Second likhi hai, they are not soluble in water, matlab mix hi nahi hunde. Last likhi hai, ionic compounds are crystalline solid. ਇਹਦਾ ਮਤਲਬ ਹੁੰਦਾ ਹੈ ਕਾਫੀ ਹਾਰਡ ਟਾਈਪ ਦਾ ਸੋਲਿਡ ਜਿਹਦੇ ਵਿੱਚ ਫਿਕਸ ਅਮਾਊਂਟ ਆਫ ਇੰਟਰਮੋਲੀਕੁਲਰ ਅਟਰੈਕਸ਼ਨ ਜਾਂ ਉਹਨਾਂ ਦੇ ਜਿਹੜਾ ਅੰਤਰ ਹੈ ਫਿਕਸ ਰਹਿੰਦਾ ਹੈ। ਇਹੋ ਜਿਹੇ ਸੋਲਿਡਸ ਨੂੰ ਆਪਾਂ ਕਹਿੰਦੇ ਹਾਂ ਕ੍ਰਿਸਟਲਾਈਨ ਸੋਲਿਡਸ, ਤੇ ਜਿਹੜੇ ਇੱਕ ਹੋਰ ਹੁੰਦੇ ਉਹਨੂੰ ਕਹਿੰਦੇ ਅਮੋਰਫਸ ਸੋਲਿਡ। ਠੀਕ ਹੈ ਜੀ, ਤੇ ਇਹਦਾ ਰਾਈਟ ਆਂਸਰ ਜਿਹੜਾ ਹੈ ਉਹ ਹੈ ਆਪਣੇ ਕੋਲ ਬੋਥ ਫਸਟ ਐਂਡ ਥਰਡ ਆਪਸ਼ਨ ਆਰ ਰਾਈਟ, ਏ ਆਪਸ਼ਨ ਇਹਦਾ ਰਾਈਟ ਆਂਸਰ ਹੈ। ਤਾਂ ਇਹਦੇ ਨਾਲ ਨਾਲ ਤੁਹਾਨੂੰ ਇਹ ਵੀ ਪਤਾ ਹੋਣਾ ਜ਼ਰੂਰੀ ਹੈ ਆਇਨੀ ਕੰਪਾਊਂਡਸ ਤੇ ਕੋਵਲੈਂਟ ਕੰਪਾਊਂਡ ਦੇ ਵਿੱਚ ਅੰਤਰ ਕੀ ਹੈ। ਫਸਟ ਅੰਤਰ ਆਪਣੇ ਕੋਲ ਆਉਂਦਾ ਹੈ ਸ਼ੇਪ ਦਾ। ਸ਼ੇਪ ਜਿਹੜੀ ਹੈ ਆਇਨੀ ਕੰਪਾਊਂਡਸ ਦੇ ਐਗਜ਼ਿਸਟ ਐਜ ਸੋਲਿਡ ਐਟ ਰੂਮ ਟੈਂਪਰੇਚਰ, ਮਤਲਬ ਉਹ ਹਮੇਸ਼ਾ ਸੋਲਿਡ ਵਿੱਚ ਰਹਿੰਦੇ ਨੇ, ਬਟ ਜਿਹੜੇ ਕੋਵਲੈਂਟ ਕੰਪਾਊਂਡਸ ਨੇ ਉਹ ਕਿਸੇ ਵੀ ਸ਼ੇਪ ਵਿੱਚ ਹੋ ਸਕਦੇ ਆ, ਆਈਦਰ ਦੇ ਐਗਜ਼ਿਸਟ ਇਨ ਸੋਲਿਡ, ਲਿਕਵਿਡ ਔਰ ਗੈਸ ਸਟੇਟ। ਨੈਕਸਟ ਆਉਂਦਾ ਹੈ ਮੈਲਟਿੰਗ ਐਂਡ ਬੋਇਲਿੰਗ ਪੁਆਇੰਟ। ਆਇਨੀ ਕੰਪਾਊਂਡ ਦੇ ਫੋਰਸ ਆਫ ਅਟਰੈਕਸ਼ਨ ਬਹੁਤ ਜ਼ਿਆਦਾ ਹਾਈ ਹੈ, ਇਸ ਕਰਕੇ ਇਹਨਾਂ ਦਾ ਹਾਈ ਮੈਲਟਿੰਗ ਪੁਆਇੰਟ ਹੈ। ਜੇ ਆਪਾਂ ਗੱਲ ਕਰੀਏ ਕੋਵਲੈਂਟ ਬੌਂਡ ਦੀ ਉਹਨਾਂ 'ਚ ਲੈਸ ਹੁੰਦੀ ਹੈ। ਹੁਣ ਆਇਨਸ ਬਣਨਗੇ ਤਾਂ ਆਇਨਿਕ ਕੰਪਾਊਂਡ ਬਣੇਗਾ, ਆਇਨਸ ਬਣਨਗੇ ਤਾਂ ਇਲੈਕਟ੍ਰੀਸਿਟੀ ਨਿਕਲੇਗੀ, ਬਟ ਜੇ ਆਪਾਂ ਗੱਲ ਕਰੀਏ ਕੋਵਲੈਂਟ ਬੌਂਡ ਦੀ ਉਹਨਾਂ 'ਚ ਇਲੈਕਟ੍ਰੀਸਿਟੀ ਨਹੀਂ ਨਿਕਲਦੀ। ਨੈਕਸਟ ਆਉਂਦਾ ਹੈ ਸੋਲਿਬਿਲਟੀ ਇਨ ਵਾਟਰ, ਮਤਲਬ ਕੁਝ ਕੰਪਾਊਂਡ ਸੋਲਿਊਬਲ ਨੇ ਵਾਟਰ ਦੇ ਵਿੱਚ, ਆਇਨਿਕ ਕੰਪਾਊਂਡਸ ਨੇ, ਬਿਕੋਜ਼ ਉਹ ਆਇਨਸ ਈਜ਼ਲੀ ਮਿਕਸ ਹੋ ਜਾਂਦੇ H2O ਦੇ, H2O ਵੀ ਕੀ ਆਇਨਸ ਹੀ ਹੁੰਦੇ ਨੇ ਉਹਦੇ 'ਚ, ਇਸ ਕਰਕੇ ਮਿਕਸ ਹੋ ਜਾਂਦੇ, ਦੇ ਆਰ ਸੋਲਿਊਬਲ, ਬਟ ਜੇ ਆਪਾਂ ਗੱਲ ਕਰੀਏ ਕੋਵਲੈਂਟ ਕੰਪਾਊਂਡਸ ਦੀ ਦੇ ਆਰ ਇਨਸੋਲਿਊਬਲ। ਤੇ ਇਹਦਾ ਉਲਟਾ ਹੀ ਹੈ ਸੋਲਿਬਿਲਟੀ ਇਨ ਔਰਗੈਨਿਕ ਸੋਲਵੈਂਟ, ਮਤਲਬ ਜੇ ਆਪਾਂ ਗੱਲ ਕਰੀਏ ਇਥੇਨੋਲ ਦੀ ਤਾਂ ਉਹਦੇ 'ਚ ਕੀ ਨੇ ਆਇਨਿਕ ਕੰਪਾਊਂਡ ਮਿਕਸ ਨਹੀਂ ਹੋ ਪਾਣਗੇ, ਜੇ ਆਪਾਂ ਸ਼ਰਾਬ ਦੇ ਵਿੱਚ ਕੀ ਪਾਈ ਲੂਣ ਤਾਂ ਉਹਦੇ 'ਚ ਮਿਕਸ ਨਹੀਂ ਹੋਏਗਾ ਅੱਛੇ ਨਾਲ, ਬਟ ਜੇ ਆਪਾਂ ਕੋਈ ਹੋਰ ਚੀਜ਼ ਪਾਈਏ ਤਾਂ ਉਹ ਚੰਗੀ ਤਰ੍ਹਾਂ ਮਿਕਸ ਹੋ ਜਾਏਗੀ, ਜੇ ਉਹ ਕੀ ਹੋਵੇਗਾ ਕੋਵਲੈਂਟ ਬੌਂਡ ਹੋਏਗਾ। ਠੀਕ ਹੈ ਦੋਸਤੋ, ਨੈਕਸਟ ਕੁਐਸਚਨ ਹੈ ਵਿਚ ਮਿਸ਼ਨ ਆਫ ਨਾਸਾ ਬਰੋਟ ਫਸਟ ਹਿਊਮਨ ਟੂ ਮੂਨ। ਨਾਸਾ ਦਾ ਇਹੋ ਜਿਹਾ ਮਿਸ਼ਨ ਦਾ ਕੀ ਨਾਂ ਸੀ ਜਿਹਦੇ ਨਾਲ ਪਹਿਲਾ ਮਨੁੱਖ ਜਿਹੜਾ ਸੀ ਉਹ ਚੰਦਰਮਾ ਤੇ ਲੈਂਡ ਕੀਤਾ ਸੀ? ਆਪਸ਼ਨ ਹੈ ਅਪੋਲੋ, ਜੈਮਿਨੀ, ਮਰਕਰੀ, ਨਨ ਆਫ ਦ ਅਬਵ। ਨਾਸਾ ਨੇ, ਨਾਸਾ ਦੇ ਦੇਖੋ ਤੁਹਾਨੂੰ ਇਹ ਵੀ ਚੀਜ਼ ਇੰਪੋਰਟੈਂਟ ਹੈ, ਪਹਿਲਾ ਆਦਮੀ ਜਿਹੜਾ ਮੂਨ ਤੇ ਲੈਂਡ ਹੋਇਆ ਉਹਦਾ ਨਾਮ ਕੀ ਸੀ, ਤੁਸੀਂ ਇਹ ਵੀ ਨਾਲ ਦੇ ਨਾਲ ਲਿਖੋ, ਉਹਦਾ ਨਾਮ ਕੀ ਸੀ ਤੇ ਉਸ ਮਿਸ਼ਨ ਦਾ ਕੀ ਨਾਂ ਰੱਖਿਆ ਸੀ ਨਾਸਾ ਨੇ? ਹੁਣ ਇੱਥੇ ਇੰਪੋਰਟੈਂਟ ਦੇਖੋ ਤੁਹਾਡੇ ਕੋਲ ਮੈਂ ਇੱਕ ਚੀਜ਼ ਪੁੱਛਿਆ ਉਸ ਮਿਸ਼ਨ ਦਾ ਨਾਂ, ਸੈਕਿੰਡ ਚੀਜ਼ ਤੁਹਾਡੇ ਤੋਂ ਪੁੱਛੀਏ ਕਿ ਉਸ ਆਦਮੀ ਦਾ ਨਾਂ ਕੀ ਸੀ, ਥਰਡ ਚੀਜ਼ ਤੁਹਾਡੇ ਕੋਲ ਪੁੱਛ ਰਹੀ ਹੈ ਨਾਸਾ ਦੀ ਫੁੱਲ ਫੋਰਮ। ਤਾਂ ਪਲੀਜ਼ ਤੁਸੀਂ ਇਹਨਾਂ ਦਾ ਸਾਰਿਆਂ ਦਾ ਮੈਨੂੰ ਆਨਸਰ ਦਿਓ।
चलो जी, फर्स्ट तो इनका तुम्हें मैं आंसर लिखवा रहा हूँ, है अपोलो। ठीक है जी, फर्स्ट जेड़ा मिशन सी टू लैंड ऑन द मून वो सी अपोलो प्रोग्राम। फर्स्ट आदमी जेड़ा उतरिया ओवरऑल, ठीक है जी, ओवरऑल मैं तो पूछ रहा हूँ, वो है नील्स आर्मस्ट्रोंग। नील्स आर्मस्ट्रोंग इज द फर्स्ट मैन टू लैंड ऑन द मून। तो जे इंडियन जो बंदा आखे, इंडियन सी राकेश शर्मा, इंडियन सी राकेश शर्मा। लास्ट तुहाडे कोल तुहाने पुछे नासा दी फुल फॉर्म, तां इह सी अपना फर्स्ट नील्स आर्मस्ट्रोंग जो कि अमेरिका दा सी ते उह पहली बार लैंड कीता सी मून ते। ते इहदे नाल नाल नासा दी फुल फॉर्म है नैशनल एरोनॉटिक्स एंड स्पेस एडमिनिस्ट्रेशन। आई रिपीट, नैशनल एरोनॉटिक्स एंड स्पेस एडमिनिस्ट्रेशन। नेक्स्ट क्वेश्चन, विच ऑफ द फॉलोइंग इन बायोलॉजी इज द एनर्जी करंसी ऑफ सेल्स, मतलब किन्ना नू केड़े एहजी चीज है या किन्दे विच एनर्जी जा के स्टोर हुंदी है इनसाइड आवर सेल्स दे विच। ऊर्जा जित्थों मिलती है वो किन्दे विच जाके स्टोर हुंदी है, इन दी फॉर्म ऑफ ऑप्शन ने पीडीपी, डीटीपी, एटीपी एंड एडीपी। तो द राइट आंसर है स्टूडेंट्स एटीपी। ये मैं तुहानू अगे भी पिछले किसी लैक्चर च भी समझा चुके हैं, आपने को जिहड़ी एनर्जी निकलती है टू वेज निकलती है। एक होंगी टू एटीपी निकलती है जो होवे एनारोबिक रेस्पीरेशन। देखो रेस्पीरेशन इज ऑफ टू टाइप्स, एरोबिक ते एनारोबिक। एनारोबिक मतलब जिथे ऑक्सीजन नहीं होंगी, एरोबिक मतलब जिथे ऑक्सीजन होंगी है। तो पहली चीज आ है ग्लूकोज, तो पहले छोटे एक एसिड बनता है जिन्होंने आप कहने हैं हाइड्रोविक एसिड। फिर जो ऑक्सीजन होगी तो तुसी आ जिहड़े कुछ होर लिखे इहदे ते मेन नहीं आना, इस जिहड़े बच्चे एसएससी विच एलिजिबल ने उहनां वास्ते कुछ आ सकता है। तो उहदे च एनर्जी जिहड़ी निकलदी उह किन्नी निकलदी, 36 एटीपी निकलदी है, मतलब काफी लार्ज अमाउंट ऑफ एनर्जी निकलदी है। जे एनारोबिक होवे तां उत्थे जिहड़ी एनर्जी निकलदी उह किन्नी निकलदी, 2 एटीपी निकलदी है। ठीक है जी, एनारोबिक होवे तां 2 एटीपी निकलेगी। तो आ जिहड़ा एंड ते आ लिखिया है नो ऑक्सीजन, मतलब इहदी रिएक्शन या तो ऑक्सीजन च होवेगी या नो ऑक्सीजन या होनी नहीं है। तो जो ऑक्सीजन होएगी तो निकलेगा CO2 प्लस एनर्जी, एनर्जी कितनी निकलती है 36 एटीपी। जे एनारोबिक होएगी तो एनर्जी तो निकलेगी बट 2 एटीपी, ते नाल की निकलेगा इथेनॉल। ठीक है जी, जो ऑक्सीजन ने जितने ऑक्सीजन नहीं होंगे उत्थे की निकलता है लैक्टिक एसिड ते इथेनॉल, मतलब इथेनॉल निकलेगा जे बिल्कुल ऑक्सीजन नहीं हैगी, अलार्ज अमाउंट ऑफ ऑक्सीजन नहीं, इनसफिशेंट ऑक्सीजन जिन्होंने आप कहने, मतलब हल्की जी ऑक्सीजन मिली जिहड़ी अपने वास्ते ठीक नहीं है, अपन नूं होर रिक्वायर्ड सी, उदों निकलेगा लैक्टिक एसिड। ठीक है जी, नेक्स्ट क्वेश्चन, विच एनिमल हैज थ्री चैम्बर्ड हार्ट, तीन चैम्बर वाला हार्ट किस एनिमल विच हुंदा है। ऑप्शन ने फर्स्ट इज कबूतर जा, सेकंड लीजर्ड जिन्हों आप कहने पंजाबी छिपकली, मच्छी मतलब फिश, शेर मतलब लायन। तो इनका राइट आंसर है दोस्तों, मैं ज्यादा तोड़ा नहीं लाँगा समय दे दे, इनका राइट आंसर है लीजर्ड। जेड़ी अपनी छिपकली है उनके किन्ने हार्ट द किन्ने हिस्से होंगे ने, इट हैज थ्री चैम्बर हार्ट। इस तो अलावा कुछ होर इंपोर्टेंट जिमें मैं लास्ट लैक्चर रखे सोवें इन भी है सेम, तुसीं इहदा स्क्रीनशॉट लैके रख लो। अर्थवॉर्म च एक चैम्बर हुंदा है, फिश च दो हुंदे है, फ्रॉग च तीन, ह्यूमन ते बर्ड्स चार। ते जे इहदे नाल तुहानूं वी पुछा जावे क्रोकोडाइल उहदे च वी किन्ने हुंदे ने, इट आलसो हैज फोर चैम्बर हर। ते लास्ट एक बच गया कॉकरोच जिहदे च सब तो ज्यादा 13 हुंदे है। नैक्सट क्वेश्चन, वट इज द इलेक्ट्रॉनिक कॉन्फिगरेशन ऑफ सी ए टू पॉजिटिव आयन, मतलब जे सी ए दो इलेक्ट्रॉन निकल जाए तो इन्हें इलेक्ट्रॉनिक कॉन्फिगरेशन किन्नी होएगी। हम दोस्तों तुहानू जे इस चीज़ की दिक्कत आती है तो तुहाडे लई मैं एक स्पैशल वीडियो लैके आवाँगा जिंदे तुहानू मैं सिखावगा किदा फस्ट भी एलीमेंट्स के एटोमिक नंबर याद करने हैं, किदा उन्हों का एटोमिक मास याद रखना है, इन्दे नाल नाल तुहानूं उहदी इलैक्ट्रॉनिक कॉन्फिगरेशन, आइसोटॉप्स, आइसो जो कुछ भी होर हुंदा इहदे तों रिलेटिड सब आइडिया हो जाएगा। तो
ਤੇ ਜੇ ਤੁਹਾਨੂੰ ਇਹ ਵੀਡੀਓ ਦੀ ਰਿਕੁਆਇਰਡ ਹੈ ਦੈਨ ਪਲੀਜ਼ ਤੁਸੀਂ ਆਪਣੇ ਰਿਵਿਊਜ਼ ਹੁਣੇ ਦਿਓ ਸਿਆਨ ਨੂੰ ਤਾਂ ਕਿ ਜਿਵੇਂ ਤੁਹਾਡੇ ਰਿਵਿਊਜ਼ ਆਣਗੇ ਅਸੀਂ ਉਸ ਹਿਸਾਬ ਨਾਲ ਅੱਗੋਂ ਵੀਡੀਓਸ ਲੈ ਕੇ ਆਵਾਂਗੇ ਤੇ ਇਹਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਡੀ 288 ਹੁਣ ਇਹਦਾ ਰੀਜ਼ਨ ਕੀ ਹੈ ਆਓ ਵੇਖਦੇ ਹਾਂ ਦੇਖੋ ਇੱਕ ਜਿਹੜਾ ਸਿੰਪਲ ਕੈਲਸ਼ੀਅਮ ਦਾ ਜਿਹੜਾ ਐਟਮ ਹੈ ਇਹ ਜਿਹੜੀ ਲਿਖੀ ਨਾ 1s2 2s2 2p6 ਵਗੈਰਾ ਵਗੈਰਾ ਇਹ ਤੁਸੀਂ ਜਿਹੜੇ ਹਾਈ ਲੈਵਲ ਦੇ ਬੱਚੇ ਉਹਨਾਂ ਨੂੰ ਤਾਂ ਸਮਝ ਲੱਗ ਜੂਗੀ ਤੁਸੀਂ ਇਸ ਚੀਜ਼ ਨੂੰ ਇਗਨੋਰ ਵੀ ਹੋ ਸਕਦੀ ਹੈ ਠੀਕ ਹੈ ਜੀ ਇੰਨਾ ਹਾਈ ਲੈਵਲ ਇੱਕ ਆਪਣਾ ਐਗਜ਼ਾਮ ਨਹੀਂ ਆ ਰਿਹਾ ਤਾਂ ਜਿੰਨੇ ਵੀ ਵਾਰਡ ਅਟੈਂਡੈਂਟ ਨੇ ਐਂਟੀ ਪੀਸੀ ਵਾਲੇ ਵੀ ਬੱਚੇ ਉਹਨਾਂ ਨੂੰ ਇੰਨਾ ਹਾਰਡ ਲੈਵਲ ਨਹੀਂ ਆ ਰਿਹਾ ਇਹ ਸਿਰਫ ਜਿਹੜੇ ਸਾਇੰਸ ਦੇ ਬੱਚੇ ਉਹਨਾਂ ਨੂੰ ਇਸ ਚੀਜ਼ ਬਾਰੇ ਪਤਾ ਲੱਗ ਜੇ ਐਕਚੁਅਲ ਹੈ ਕਿ ਤੁਹਾਨੂੰ ਇਹ ਇੱਕ ਹਿੰਟ ਰੱਖ ਲਿਆ ਅੱਗੇ ਕਿ ਆਪਾਂ ਅੱਜ ਤੱਕ ਕੀਤਾ ਓਰਬਿਟਸ ਬਟ ਉਹ ਐਕਚੁਅਲੀ ਚ ਕੀ ਹੁੰਦੇ ਨੇ ਇਲੈਕਟ੍ਰੋਨ ਰਿਵੋਲਵਸ ਇਨ ਦਾ ਫਿਕਸਡ ਸ਼ੈਲਸ ਉਹਨਾਂ ਦੇ ਵਿੱਚ ਜਿਹੜੇ ਐਕਚੁਅਲ ਚ ਓਰਬਿਟ ਨੇ ਉਹ ਆ ਵਾਲੇ ਹੁੰਦੇ ਨੇ SPDF ਠੀਕ ਹੈ ਜੀ ਤੁਹਾਨੂੰ ਇਹ ਵੀ ਚੀਜ਼ ਸ਼ਾਇਦ ਮੈਂ ਪਿਛਲੇ ਲੈਕਚਰ ਚ ਵੀ ਰੱਖੀ ਸੀ S ਬਲੌਕ ਐਲੀਮੈਂਟਸ D ਬਲੌਕ ਐਲੀਮੈਂਟਸ P ਬਲੌਕ ਤੇ F ਬਲੌਕ ਉਹ ਆ ਚੀਜ਼ ਨੇ ਠੀਕ ਹੈ ਜੀ ਆਪਾਂ ਉਹਦੇ ਤੇ ਨਹੀਂ ਜਾਂਦੇ ਆਪਣਾ ਇਹ ਮੁੱਦਾ ਸੀ ਕਿ ਇਸ ਐਟਮ ਦਾ ਐਟੋਮਿਕ ਨੰਬਰ ਕਿੰਨਾ ਹੁੰਦਾ 20 ਹੁੰਦਾ ਇਸ ਐਟਮ ਦਾ ਐਟੋਮਿਕ ਨੰਬਰ ਹੁੰਦਾ ਹੈ 20 ਜੇ 20 ਐਟੋਮਿਕ ਨੰਬਰ ਹੈ ਤਾਂ ਇਹਨੂੰ ਆਪਾਂ ਲਿਖਾਂਗੇ ਇਹਦੀ ਇਲੈਕਟ੍ਰੋਨਿਕ ਕੰਫੀਗਰੇਸ਼ਨ ਕਿੰਨੀ ਬਣੇਗੀ 2 ਓਕਟੇਟ ਰੂਲ ਹੁੰਦਾ ਹੈ ਫਸਟ ਇਸ 2 ਫਿਰ 8 ਫਿਰ 8 ਕਿੰਨੇ ਹੋ ਗਏ ਕਿੰਨੇ ਹੋ ਗਏ 18 ਲਾਸਟ ਕਿੰਨਾ ਆਏਗਾ 2 ਆਏਗਾ ਹੁਣ ਜੇ ਇਹਨੇ 2 ਇਲੈਕਟ੍ਰੋਨ ਨਿਕਾਲ ਹੀ ਦਿੱਤੇ ਤਾਂ ਇਹ ਬਣ ਗਿਆ ਆਇਨ ਬਣ ਗਿਆ Ca2 ਪੋਜ਼ਿਟਿਵ ਆਇਨ ਤੇ ਐਂਡ ਕਿੰਨੀ ਬਣ ਜੇਗੀ ਇਲੈਕਟ੍ਰੋਨਿਕ ਕੰਫੀਗਰੇਸ਼ਨ ਉਟਾ ਦੋ ਤਾਂ ਬਣ ਜੇਗੀ 288 ਠੀਕ ਹੈ ਜੀ ਈਜ਼ੀ ਹੈ ਨੈਕਸਟ ਕੁਐਸਚਨ ਵਿਚ ਇਜ਼ ਯੂਜ਼ਡ ਟੂ ਟ੍ਰੀਟ ਦਾ ਇਨਡਾਈਜੈਸ਼ਨ ਮਤਲਬ ਬਦਹਜ਼ਮੀ ਦੇ ਇਲਾਜ ਦੇ ਲਈ ਕੀ ਵਰਤੀ ਜਾਂਦੀ ਹੈ ਆਪਸ਼ਨ ਨੇ ਐਂਟੈਸਿਡ ਐਂਟੀਸੈਪਟਿਕ ਐਨਲਜੈਸਿਕ ਐਂਟੀਬਾਇਓਟਿਕ ਇਹਦਾ ਜਿਹੜਾ ਰਾਈਟ ਆਨਸਰ ਹੈ ਉਹ ਆਪਣੇ ਕੋਲ ਇਹ ਆਪਸ਼ਨ ਐਂਟੈਸਿਡ ਹੁਣ ਐਂਟੈਸਿਡ ਤੁਸੀਂ ਇਹ ਨਹੀਂ ਸੋਨਾ ਆਂਟ ਵਾਲਾ ਐਸਿਡ ਉਹ ਵਾਲਾ ਨਹੀਂ ਦੇਖੋ ਐਂਟੈਸਿਡ ਦਾ ਮੇਨ ਫੰਕਸ਼ਨ ਕੀ ਹੈ ਜੇ ਅੰਦਰ ਆਪਣੇ HCl ਵਗੈਰਾ ਜਾਂ ਕੋਈ ਹੈ ਜੀ ਆਪਾਂ ਓਇਲੀ ਚੀਜ਼ ਖਾਦੀ ਜਿਹਦੇ ਨਾਲ ਐਸਿਡ ਹੋਰ ਇਨਕਰੀਜ਼ ਹੋ ਗਿਆ ਤਾਂ ਅੰਦਰ ਜਾ ਕੀ ਕਰ ਦਿੰਦਾ ਉਹਨੂੰ ਇਟ ਨਿਊਟਰਲਾਈਜ਼ ਦਾ ਐਸਿਡ ਫੋਰ ਇਨਡਾਈਜੈਸ਼ਨ ਰਿਲੀਫ ਸੈਕਿੰਡ ਨੰਬਰ ਤੇ ਜਿਹੜਾ ਲਿਖਿਆ ਜੇ ਆਪਾਂ ਨੇ ਐਲਗੀਨੇਟ ਦਾ ਇਸਤੇਮਾਲ ਹੁੰਦਾ ਹੈ ਤਾਂ ਉਹਦੇ ਨਾਲ ਕੀ ਹੋ ਜਾਏਗਾ ਇੱਕ ਉਹ ਉੱਪਰ ਲਿਖਤੀ ਜੀ ਆਪਣੀ ਰੁਕ ਜਾਂਦੀ ਹੈ ਠੀਕ ਹੈ ਜੀ ਮਤਲਬ ਉਹ ਉੱਪਰ ਨੂੰ ਨਹੀਂ ਆਏਗਾ ਐਸਿਡ ਆਪਣਾ ਆਪਣੂੰ ਉਲਟੀ ਵੀ ਆ ਸਕਦੀ ਹੈ ਇਸ ਕਰਕੇ ਉਹ ਉੱਪਰ ਨੂੰ ਨਹੀਂ ਆਏਗਾ ਇਸ ਕਰਕੇ ਜਿੰਨੀਆਂ ਵੀ ਆਪਣੇ ਕੋਲ ਅਵੇਲੇਬਲ ਜਿਹੜੀ ਨੀਚੇ ਦਿੱਤੀਆਂ ਗਈਆਂ ਨੇ ਐਂਡ ਦਿਸ ਮਿਲਕ ਆਫ ਮੈਗਨੀਸ਼ੀਆ ਜਾਂ ਇਨੋ ਵਗੈਰਾ ਜਿਹੜੀ ਆਪਾਂ ਯੂਜ਼ ਹੁੰਦੀ ਹੈ ਉਹਦੇ ਵਿੱਚ ਫਸਟ ਤੇ ਸੈਕਿੰਡ ਇਕੱਠਾ ਹੋ ਜਾਂਦਾ ਇਸ ਕਰਕੇ ਨਾ ਤਾਂ ਉਹ ਉੱਪਰ ਨੂੰ ਆਉਂਦਾ ਤੇ ਨਾ ਹੀ ਉਹ ਐਸਿਡਿਟੀ ਆਪਾਂ ਨੂੰ ਹੋਰ ਲੱਗਦੀ ਹੈ ਬਾਅਦ ਵਿੱਚ ਠੀਕ ਹੈ ਜੀ ਨੈਕਸਟ ਕੁਐਸਚਨ ਵਿਚ ਡਿਟਰਮਾਈਨ ਦਾ ਪਿਚ ਆਫ ਦਾ ਸਾਊਂਡ ਆਵਾਜ਼ ਦੀ ਪਿਚ ਕਿਹੜੀ ਚੀਜ਼ ਤੋਂ ਪਤਾ ਲੱਗਦੀ ਹੈ ਆਪਸ਼ਨ ਨੇ ਆਪਣੇ ਕੋਲ ਐਂਪਲੀਟਿਊਡ ਸੈਕਿੰਡ ਫ੍ਰੀਕੁਐਂਸੀ ਥਰਡ ਲਾਊਡਨੈਸ ਫੋਰਥ ਵੇਵਲੈਂਥ ਤਾਂ ਦੋਸਤੋ ਇਹਦਾ ਰਾਈਟ ਆਨਸਰ ਹੈ ਉਹ ਹੈ ਬਿਲਕੁਲ ਸਹੀ ਹੈ ਉਹ ਹੈ ਫ੍ਰੀਕੁਐਂਸੀ ਪਿਚ ਡਿਪੈਂਡਸ ਅਪੋਨ ਦਾ ਫ੍ਰੀਕੁਐਂਸੀ ਆਫ ਦਾ ਸਾਊਂਡ ਤੇ ਕਿਹੜੀ ਚੀਜ਼ ਐਂਪਲੀਟਿਊਡ ਤੇ ਡਿਪੈਂਡ ਹੁੰਦੀ ਹੈ ਪਿਚ ਡਿਪੈਂਡ ਔਨ ਫ੍ਰੀਕੁਐਂਸੀ ਐਂਡ ਲਾਊਡਨੈਸ ਡਿਪੈਂਡ ਅਪੋਨ ਐਂਪਲੀਟਿਊਡ ਠੀਕ ਹੈ ਜਿਹੜੀ ਆਵਾਜ਼ ਕਿੰਨੀ ਉੱਚੀ ਹੋਏਗੀ ਉਹ ਕਿਹਦੇ ਡਿਪੈਂਡ ਕਰਦਾ ਆਪਣੇ ਐਂਪਲੀਟਿਊਡ ਤੇ ਤਾਂ ਦੇਖੋ ਫ੍ਰੀਕੁਐਂਸੀ ਹੁੰਦੀ ਨੰਬਰ ਆਫ ਵਾਈਬ੍ਰੇਸ਼ਨ ਇਨ ਵਨ ਸਾਈਕਲ ਇੱਕ ਸਾਈਕਲ ਦੇ ਵਿੱਚ ਕਿੰਨੀ ਨੰਬਰ ਆਫ ਵਾਈਬ੍ਰੇਸ਼ਨ ਹੁੰਦੀ ਹੈ ਜਾਂ ਆਪਾਂ ਇਹ ਵੀ ਕਹਿ ਸਕਦੇ ਹਾਂ ਨੰਬਰ ਆਫ ਵਾਈਬ੍ਰੇਸ਼ਨ ਇਨ ਵਨ ਸੈਕਿੰਡ ਇੱਕ ਸਕਿੰਟ ਦੇ ਵਿੱਚ ਕਿੰਨੀਆਂ ਨੰਬਰ ਆਫ ਵਾਈਬ੍ਰੇਸ਼ਨਸ ਹੋਈਆਂ ਉਹਨੂੰ ਆਪਾਂ ਕਹਿੰਦੇ ਫ੍ਰੀਕੁਐਂਸੀ ਜੇ ਫ੍ਰੀਕੁਐਂਸੀ ਲੋ ਹੈ ਜੇ ਫ੍ਰੀਕੁਐਂਸੀ ਲੋ ਹੈ ਤਾਂ ਜਿਹੜੀ ਪਿੱਚ ਉਹ ਵੀ ਕੀ ਹੋਏਗੀ ਲੋ ਹੋਏਗੀ ਜੇ ਫ੍ਰੀਕੁਐਂਸੀ ਹਾਈਅਰ ਹੈ ਤਾਂ ਪਿੱਚ ਵੀ ਹਾਈਅਰ ਜਿਹਨੂੰ ਆਪਾਂ ਉਲਟਾ ਲਈਏ ਵੇਵਲੈਂਥ ਦੇ ਨਾਲ ਜਿੰਨੀ ਜ਼ਿਆਦਾ ਵੇਵਲੈਂਥ ਓਨੀ ਪਿੱਚ ਲੋ ਮਤਲਬ ਜਿਹੜੇ ਆਪਣੇ ਮੁੰਡੇ ਹੁੰਦੇ ਹੈ ਇਹਨਾਂ ਦੀ ਪਿੱਚ ਕੀ ਹੁੰਦੀ ਹੈ ਲੋ ਹੁੰਦੀ ਹੈ ਮਤਲਬ ਆਵਾਜ਼ ਥੋੜੀ ਹੈਵੀ ਹੁੰਦੀ ਹੈ ਬਟ ਸੋਫਟ ਹੁੰਦੀ ਹੈ ਬਟ ਜਿਹੜੀਆਂ ਆਪਣੀਆਂ ਗਰਲਸ ਹੁੰਦੀਆਂ ਨੇ ਇਹਨਾਂ ਦੀ ਪਿੱਚ ਬਹੁਤ ਜ਼ਿਆਦਾ ਆਪਾਂ ਨੂੰ ਕਿਉਂ ਲੱਗਦੀ ਹੈ ਕਿਉਂ ਬਿਕੋਜ਼ ਉਹਨਾਂ ਦੀ ਹਾਈ ਪਿੱਚ ਹੁੰਦੀ ਹੈ ਬਿਕੋਜ਼ ਦੇ ਹੈਵ ਹਾਈ ਫ੍ਰੀਕੁਐਂਸੀ ਔਰ ਯੂ ਕੈਨ ਸੇ ਦੇ ਹੈਵ ਲੋ
वेवलेंथ, आपस में उल्टा नहीं। नेक्स्ट क्वेश्चन, इन द इक्वेशन ऑफ द मोशन v इज इक्वल टू u प्लस at, u रिप्रेजेंट v इज इक्वल टू u प्लस at, अपन को पता है फर्स्ट इक्वेशन ऑफ मोशन है, एंड u का की मतलब होता है इनिशियल वेलोसिटी, बी ऑप्शन फाइनल वेलोसिटी, सी काइनेटिक एनर्जी, डी पोटेंशियल एनर्जी। देन द राइट आंसर है वो है अपने को इनिशियल वेलोसिटी। तां ये अपने को इक्वेशंस ऑफ मोशन फर्स्ट है v इज इक्वल टू u प्लस at, सेकंड x इज इक्वल टू ut प्लस हाफ at स्क्वायर, थर्ड v स्क्वायर माइनस u स्क्वायर इज इक्वल टू 2as, वेयर a बोले तो एक्सेलरेशन, t बोले तो टाइम, s बोले तो डिस्टेंस और डिस्प्लेसमेंट, u बोले तो इनिशियल वेलोसिटी, v बोले तो फाइनल वेलोसिटी। नेक्स्ट क्वेश्चन, द कंप्लीट फॉर्म ऑफ IC इन इलेक्ट्रॉनिक्स, जेडे अपने लैपटॉप्स कंप्यूटर्स फोन्स वगैरह IC यूज होता है आजकल, IC दी फुल फॉर्म की है। ऑप्शंस आर इंटरनल सर्किट, इंडिपेंडेंट सर्किट, इंटीग्रेटेड सर्किट और इनबिल्ट सर्किट। सो फ्रेंड जेडे जिन्होंने आजकल काफी एक्सपर्ट ने बच्चे ना इच तें दा आंसर सीधा जो है इंटीग्रेटेड सर्किट। ठीक है जी, इंटीग्रेटेड सर्किट। नेक्स्ट क्वेश्चन, ये अपने को है देखो एग्जाम्पल जेडे अपना जो भी कोई चीज निके होंगे कोई भी चीज लैके आते अंदरों ही ओपन करते हैं तो यहोजे कुछ मिलता है, ये अपने को ने छोटे छोटिया काफ़ी इंपोर्टेंट की ने आईसी चिप्स ने। नेक्स्ट क्वेश्चन, साउंड कैनोट ट्रैवल इन विच मीडियम, मतलब आवाज जी है ओ एना जो एक यहोजा मीडियम है जिंद नहीं आती, वो इतने ऑप्शन एक उड़ चुका है सोलिड लिक्विड खैस एन एच आती है किन दिच नहीं आती, वो आंसर है वैक्यूम विच नहीं आती। नेक्स्ट क्वेश्चन, ये अपने को देखो इंपोर्टेंट है, स्पीड ऑफ साउंड थ्रू डिफरेंट मटीरियल्स, तुसी इन द स्क्रीनशॉट भी लैके रख सकते हो। स्टील इच सब तो हाईएस्ट होंगी, मैं तुम्हें लास्ट लैक्चर भी आख्या सी, सब तो देखो हम यह भी आ सकता है स्पीड ऑफ साउंड इज हायर इन, सब तो ज्यादा किन दिच होंगी है सोलिड्स लिक्विड और खैस एयर। देखो एयर सब तो लैस है तो तुसी आइडिया इतों लगा सकते हो कि स्पीड ऑफ साउंड इज मैक्सिमम इन सॉलिड्स मिनिमम इन एयर। नेक्स्ट क्वेश्चन, वैल्यू ऑफ एक्सेलरेशन ड्यू टू ग्रेविटी एट द सेंटर ऑफ अर्थ, सेंटर ऑफ अर्थ ते जी दी वैल्यू किन्नी हो जाती है। ऑप्शन ने फिर ऑप्शन उड़ गई इतने यार माइनस एक जीरो एक या नेक्स्ट ऑप्शन में लिख देना इतने वो है इनफिनाइट, डी ऑप्शन है हैगी सी इनफिनाइट, हमने आ जाएगी डी ऑप्शन है इनफिनाइट। तो द राइट आंसर है वो है अपने को जीरो, वो है अपने को जीरो। तो ये मैं तुहानू पिछले जो मैं लैक्चर लाया सुनते थे सी जी दी वैल्यू अर्थ ते किन्नी हुंदी 9.8 मीटर पर सेकंड स्क्वायर, एट द सेंटर जीरो, हाईएस्ट कितनी हुंदी है इट इज हाईएस्ट एट द Holes of the earth, minimum at the equators of the earth. और moon दे उत्ते किन्नी होएंदी 1/6 होएंदी as of earth दे मुकाबले, जे आप earth तो बाहर निकल जिए in outer space किन्नी हो जाएगी zero हो जाएगी, ते जे आप earth दे height earth तो उत्ते किसी height ते जाइए या earth दे अंदर जाइए ते n दी value decrease होंदी है। ठीक है जी, that will depend upon the height, किन्नी height ते आप ऊपर नु आए हैं ते किन्नी height ते आप नीचे नु आए हैं उदो डिक्रीज होती है। नेक्स्ट क्वेश्चन, द एनर्जी एमिटेड बाय द सन इज ड्यू टू डैश, मतलब जेडी एनर्जी सन देन विचो निकलती है उन दा रीजन की है। देखो यार प्लीज माय टीम आगे थोड़ा देखिया जे थोड़ी मिस्टेक है अंदर च, ए बी सी डी रिएक्शन दे नाम लिखे ने, केमिकल रिएक्शन, न्यूक्लियर रिएक्शन, न्यूक्लियर फ्यूजन और None of these. ये हो जी एक रिएक्शन जिंदे नाल की होंदी है एनर्जी बाहर निकलती है इन द सन, वो है अपने को ऑप्शन नंबर सी दैट इज न्यूक्लियर फ्यूजन। हुण इहनां च की हुंदा है आयो देखदे हाँ। देखो ये मैं चीज अगे भी तुहानू काफ़ी टाइम समझा चुके हाँ, तुसी इस अक्षर तो याद करना है हिस्सना, मतलब की हुंदा हिस्से होना,
ਇਹਦੇ 'ਚ ਇੱਕ ਹਾਇਅਰ ਮੋਲੀਕਿਊਲ ਕੀ ਹੋਏਗਾ ਜਾਂ ਇੱਕ ਹਾਇਅਰ ਵੱਡਾ ਨਿਊਕਲੀਅਸ ਦੋ ਛੋਟੇ ਛੋਟੇ 'ਚ ਆਏਗਾ ਤੇ ਇਹ ਆਪਣਾ ਹੁੰਦਾ ਇਨ ਐਟਮ ਬੰਬ ਦੇ ਵਿੱਚ ਤੇ ਜੇ ਆਪਾਂ ਗੱਲ ਕਰੀਏ ਐਚ ਬੰਬ ਐਚ ਬੋਲੇ ਤੋਂ ਹਾਈਡਰੋਜਨ ਬੰਬ ਵਿੱਚ ਜਾਂ ਜਿਹੜਾ ਆਪਣਾ ਸੂਰਜ ਹੈ ਉਹਦੇ 'ਚ ਵੀ ਕੀ ਹੁੰਦੀ ਹੈ ਆਪਣੇ ਕੋਲ ਨਿਊਕਲੀਅਰ ਫਿਊਜ਼ਨ ਹੁੰਦੀ ਹੈ ਮਤਲਬ ਦੋ ਛੋਟੇ ਨਿਊਕਲੀਅਸ ਦੋ ਐਚ ਦੇ ਐਟਮ ਮਿਲ ਕੇ ਇੱਕ ਹੀਲੀਅਮ ਐਟਮ ਵਿੱਚ ਆਉਂਦੇ ਹਨ। ਨੈਕਸਟ ਕੁਐਸਚਨ, ਐਲਵੋਲਾ ਇਜ ਰਿਲੇਟਡ ਟੂ ਵਿਚ ਸਿਸਟਮ ਆਫ ਹਿਊਮਨ ਬੋਡੀ। ਐਲਵੋਲਾ ਇੱਕ ਬਹੁਤ ਜ਼ਿਆਦਾ ਇੰਪੋਰਟੈਂਟ ਚੀਜ਼ ਹੈ, ਉਹ ਕਿਹੜੇ ਸਿਸਟਮ ਵਿੱਚ ਆਪਣੇ ਆਉਂਦੀ ਹੈ? ਆਪਸ਼ਨ ਨੇ, ਆਪਸ਼ਨ ਏ ਇਜ਼ ਸਰਕੂਲੇਟਰੀ, ਬੀ ਐਕਸਕ੍ਰੀਟਰੀ, ਸੀ ਰੀਪ੍ਰੋਡਕਟਿਵ, ਡੀ ਰੈਸਪੀਰੇਟਰੀ। ਤਾਂ ਇਹਦਾ ਜਿਹੜਾ ਰਾਈਟ ਆਂਸਰ ਹੈ ਦੋਸਤੋ ਉਹ ਹੈ ਆਪਣੇ ਕੋਲ ਰੈਸਪੀਰੇਟਰੀ ਸਿਸਟਮ ਦੇ ਨਾਲ ਰਿਲੇਟਡ ਹੈ। ਇਹ ਆਪਣੀ ਸਾਰੀ ਇਮੇਜ ਆ ਚੁੱਕੀ ਹੈ, ਵਿੰਡ ਪਾਈਪ, ਫਿਰ ਉਸ ਤੋਂ ਬਾਅਦ ਵਿੰਡ ਪਾਈਪ ਜਿੱਥੋਂ ਸਟਾਰਟ ਹੁੰਦੀ ਹੈ ਉੱਥੇ ਆਪਣਾ ਕੀ ਲੱਗਿਆ ਹੋਇਆ, ਇੱਕ ਅੰਦਰ ਜਿਹਦੇ ਤੋਂ ਆਪਣੀ ਆਵਾਜ਼ ਨਿਕਲਦੀ ਹੈ ਉਹਨੂੰ ਆਪਾਂ ਕਹਿੰਦੇ ਹਾਂ ਲੇਰਿੰਗਸ, ਠੀਕ ਹੈ, ਜਿਹਦੇ ਤੋਂ ਆਵਾਜ਼ ਨਿਕਲਦੀ ਹੈ। ਵਿੰਡ ਪਾਈਪ ਦਾ ਨਦਰ ਨਾਮ ਕੀ ਹੈ? ਇਟ ਇਜ਼ ਆਲਸੋ ਨੋਨ ਐਸ ਰੈਕੀਆ। ਫਿਰ ਉਹਦੇ ਅੱਗੋਂ ਹਿੱਸੇ ਹੋ ਜਾਂਦੇ ਦੋ, ਇੱਕ ਲੈਫਟ ਸਾਈਡ ਤੇ ਆ ਵਾਲੀ ਤੇ ਇੱਕ ਰਾਈਟ ਸਾਈਡ ਤੇ, ਉਹਨੂੰ ਆਪਾਂ ਕਹਿੰਦੇ ਹਾਂ ਬ੍ਰੋਂਕੀਓਲਸ, ਠੀਕ ਹੈ ਜੀ। ਫਿਰ ਉਹਦੇ ਅੱਗੋਂ ਨਿੱਕੇ 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 ਆ ਜਿਹੜੀ ਚੀਜ਼ ਸ਼ੋ ਕੀਤੀ ਹੋਈ ਹੈ, ਇਹ ਕੀ ਨੇ? ਛੋਟੇ ਛੋਟੇ ਪਾਰਟ ਜਿਹਨੂੰ ਆਪਾਂ ਕਹਿੰਦੇ ਐਲਵੋਲਾਈਜ਼, ਇਹ ਕੀ ਨੇ ਆਪਣੇ ਕੋਲ ਐਲਵੋਲਾਈ, ਆ ਵੇਖੋ ਆ ਜਿਹੜੇ ਅੰਦਰ ਛੋਟੇ ਛੋਟੇ ਨੇ ਐਲਵੋਲਾਈਜ਼, ਜਿਹਦੇ ਦੇ ਐਕਚੁਅਲ ਐਕਸਚੇਂਜ ਆਫ ਆਕਸੀਜਨ ਹੁੰਦਾ ਹੈ। ਆਰਬੀਸੀ ਇੱਥੇ ਆਉਂਦੀ ਹੈ, ਆਰਬੀਸੀ ਦੇ ਨਾਲ ਆਕਸੀਜਨ ਅਟੈਚ ਹੋ ਜਾਂਦਾ ਹੈ ਤੇ ਉਹ ਆਪਣੇ ਆਕਸੀਜਨ ਨੂੰ ਪੂਰੇ ਹਿਊਮਨ ਦੇ ਜਿੰਨੇ ਵੀ ਜਿੱਥੇ ਜਿੱਥੇ ਰਿਕੁਆਇਰਡ ਉੱਥੇ ਲੈ ਕੇ ਜਾਂਦੀ ਹੈ, ਠੀਕ ਹੈ ਜੀ। ਉਹ ਹੁੰਦਾ ਬਾਏ ਦਾ ਐਕਸਚੇਂਜ ਆਫ ਐਲਵੋਲਾਈ, ਐਲਵੋਲਾਈ ਦੇ ਉੱਪਰ ਆਕਸੀਜਨ ਤੇ ਜਿਹੜੀ CO2 ਹੈ ਉਹ ਐਕਸਚੇਂਜ ਹੁੰਦੀ ਹੈ। ਨੈਕਸਟ ਕੁਐਸਚਨ, ਇਹ ਵੀ ਉੱਡ ਗਿਆ ਕੁਐਸਚਨ, ਆਂਸਰ ਨੰਬਰ ਡੀ, ਬੈਕਟੀਰੀਆ ਵਾਸ ਡਿਸਕਵਰਡ ਬਾਏ, ਬੈਕਟੀਰੀਆ ਦੀ ਖੋਜ ਕਿਸਨੇ ਕੀਤੀ? ਤਾਂ ਬੈਕਟੀਰੀਆ ਦੀ ਖੋਜ ਆਪਣੇ ਕੀਤੀ ਸੀ ਐਂਟੋਨੀ ਵੈਨ ਲਿਊਵੇਨਹੋਕ, ਬੀ ਆਪਸ਼ਨ ਬਲੇਰੀਅਸ, ਸੀ ਆਪਸ਼ਨ ਹਗੋਡਿਵਰੀਸ, ਡੀ ਆਪਸ਼ਨ ਹੁਣ ਇੱਥੇ ਹੈ ਨਹੀਂ, ਤਾਂ ਆਪਣੇ ਕੋਲ ਰਾਈਟ ਆਂਸਰ ਹੈ ਉਹ ਹੈ ਆਪਣੇ ਕੋਲ ਆਪਸ਼ਨ ਨੰਬਰ ਏ, ਐਂਟੋਨੀ ਵੈਨ ਲਿਊਵੇਨਹੋਕ। ਇੱਕ ਸਾਇੰਟਿਸਟ ਸਨ ਜਿਨ੍ਹਾਂ ਨੇ ਫਸਟ 1670 ਦੇ ਵਿੱਚ ਕੀ ਕੀਤੀ ਸੀ, ਇਹਦੀ ਡਿਸਕਵਰੀ ਕੀਤੀ ਸੀ। ਦੇਖ ਲਓ ਆਪਣੇ ਇਹੋ ਜਿਹੇ ਅੱਗੇ ਸੀ ਸਾਇੰਟਿਸਟ, ਤੁਸੀਂ ਜਿੰਨਾ ਉਲਟਾ ਸਿੱਧਾ ਆਖ ਸਕਦੇ ਤੁਸੀਂ ਇਹਨਾਂ ਨੂੰ ਆਖ ਸਕਦੇ ਹੋ, ਤੇ ਬਿਕੋਜ਼ ਇਹੀ ਇੱਕ ਸਾਇੰਟਿਸਟ ਨੇ, ਜੇ ਨਾ ਹੁੰਦੇ ਤਾਂ ਅੱਜ ਆਪਣੇ ਕੋਲ ਇਹ ਐਡੀ ਔਖੀ ਜਿਹੜੀ ਵੀ ਆਪਾਂ ਜੋ ਬੱਚੇ ਆਰਟਸ ਨੇ ਸਪੈਸ਼ਲੀ ਉਹਨਾਂ ਨੂੰ ਔਖੀ ਲੱਗਦੀ ਹੈ, ਦੈਟ ਇਜ਼ ਸਾਇੰਸ, ਉਹ ਨਾ ਹੁੰਦੀ ਆਪਣੇ ਕੋਲ। ਨੈਕਸਟ ਕੁਐਸਚਨ, ਫਿਰ ਕੁਐਸਚਨ ਦਾ ਆਪਸ਼ਨ ਉੱਡ ਗਿਆ ਯਾਰ, ਇਹ ਗੱਲ ਅੱਜ ਥੋੜ੍ਹੀ ਮਿਸਟੇਕ ਹੋ ਗਈ ਸਰ, ਠੀਕ ਹੈ ਜੀ, ਅੱਗੇ ਤੋਂ ਅਸੀਂ ਵੇਖਾਂਗੇ। ਨੈਕਸਟ ਕੁਐਸਚਨ ਹੈ, ਨੇਮ ਦਾ ਰੈਸਪੀਰੇਟਰੀ ਔਰਗਨਸ ਆਫ ਇਨਸੈਕਟ, ਇਨਸੈਕਟ ਜਿਹੜੇ ਨੇ ਉਹ ਕਿੱਥੋਂ ਸਾਹ ਲੈਂਦੇ ਹਨ? ਸਕਿਨ ਤੋਂ, ਦੇਅਰ ਸਰਫੇਸ, ਗਿਲਸ, ਲਾਸਟ ਆਪਸ਼ਨ ਰੱਖਦੇ ਹਨ ਲੰਗਸ। ਤਾਂ ਇਹਦਾ ਰਾਈਟ ਆਂਸਰ ਆਏਗਾ, ਨਹੀਂ, ਲਾਸਟ ਆਪਸ਼ਨ ਇਹਦਾ ਰਾਈਟ ਆਂਸਰ ਜਿਹਨੂੰ ਆਪਾਂ ਕਹਿੰਦੇ ਹਾਂ ਰੈਕੀਏ, ਠੀਕ ਹੈ ਜੀ। ਤਾਂ ਤੁਸੀਂ ਇਹਦਾ ਆਂਸਰ ਇੱਥੋਂ ਪਤਾ ਲੱਗ ਸਕਦਾ ਹੈ। ਆ ਜਿਹੜੇ ਛੋਟੇ ਛੋਟੇ ਜਿਹੜੀਆਂ ਆਪਣੇ ਲੰਬੀਆਂ ਜੀਆਂ ਜਾਂ ਜਿਹੜੀਆਂ ਉੱਪਰ ਨੀਚੇ ਜਿਹੜੀਆਂ ਹਾਈਪਾਂ ਜੀਆਂ ਵਿਖਦੀਆਂ ਪਈਆਂ ਨੇ, ਇਹਨੂੰ ਆਪਾਂ ਕਹਿੰਦੇ ਹਾਂ ਰੈਕੀ। ਇਹਦੇ ਨਾਲ ਇਨਸੈਕਟਸ ਵਿੱਚ ਕੀ ਹੁੰਦੀ ਹੈ? ਰੈਸਪੀਰੇਸ਼ਨ ਹੁੰਦੀ ਹੈ, ਉਹਨਾਂ 'ਚ ਕੋਈ ਵੀ ਆਪਣੇ ਵਾਂਗੂ ਫੇਫੜੇ ਫੁਫੜੇ ਨਹੀਂ ਹੁੰਦੇ, ਠੀਕ ਹੈ ਜੀ। ਨੈਕਸਟ ਕੁਐਸਚਨ, ਇਹਦੇ 'ਚ ਉੱਡ ਗਿਆ, ਫੋਟੋਸਿੰਥੈਸਿਸ ਟੇਕ ਪਲੇਸ ਇਨਸਾਈਡ ਪਲਾਂਟ ਸੈੱਲ, ਇਨ ਪਲਾਂਟ ਸੈੱਲ ਦੇ ਵਿੱਚ ਫੋਟੋਸਿੰਥੈਸਿਸ ਕਿੱਥੇ ਹੁੰਦੀ ਹੈ, ਕਿਹਦੀ ਹੈਲਪ ਨਾਲ ਹੁੰਦੀ ਹੈ? ਰਾਈਬੋਸੋਮਸ, ਸੈਕਿੰਡ ਆਪਸ਼ਨ ਕਲੋਰੋਪਲਾਸਟ, ਥਰਡ ਆਪਸ਼ਨ ਨਿਊਕਲੀਅਸ। ਦੇਖੋ ਇਹਨਾਂ 'ਚ ਇੱਕ ਐਕੂਰੇਟ ਆਪਸ਼ਨ ਹੈ ਆਪਸ਼ਨ ਨੰਬਰ ਡੀ, ਚਾਹੇ ਹੋਏ ਚਾਹੇ ਨਾ ਹੋਏ ਤੁਹਾਨੂੰ ਉਹਦੇ 'ਤੇ ਕੋਈ ਅਸਰ ਨਹੀਂ ਆਉਣ ਵਾਲਾ। ਇਹਦਾ ਰਾਈਟ ਆਂਸਰ ਐਕਚੁਅਲੀ 'ਚ ਹੈ ਉਹ ਹੈ ਆਪਸ਼ਨ ਨੰਬਰ ਬੀ, ਕਲੋਰੋਪਲਾਸਟ। ਇਹ ਆਪਣੇ ਕੋਲ ਕੀ ਇਹ ਫਿਗਰ ਹੈ, ਦੇ ਆਰ ਓਨਲੀ ਫਾਊਂਡ ਇਨ ਪਲਾਂਟ ਸੈੱਲ, ਓਬਵੀਅਸ ਜਿਹੀ ਚੀਜ਼ ਹੈ, ਬਿਕੋਜ਼ ਉਹਨਾਂ 'ਚ ਕੀ ਹੋਣੀ ਹੈ, ਫੋਟੋਸਿੰਥੈਸਿਸ ਹੋਣੀ ਹੈ। ਇਹਨਾਂ ਦੇ ਅੰਦਰ ਹੀ ਆਪਣੇ ਕੋਲ ਕੀ ਹੁੰਦੀ ਹੈ, ਕਲੋਰੋਫਿਲ ਹੁੰਦੀ ਹੈ। ਜੇ ਇਹਦੇ ਅੰਦਰ ਹੀ ਹੁੰਦੀ ਹੈ ਤਾਂ ਯੂ ਰਿਸਪੋਂਸੀਬਲ ਹੋਣਗੇ ਫੋਰ ਦਾ ਫੋਟੋਸਿੰਥੈਸਿਸ, ਹੋਰ ਤੁਹਾਨੂੰ ਇਗਜ਼ਾਮ ਵਿੱਚ ਕੁਛ ਨਹੀਂ ਆ ਸਕਦਾ ਇਹਦੇ ਬਾਰੇ। ਨੈਕਸਟ ਕੁਐਸਚਨ ਹੈ, ਪਲਾਂਟ ਸੈੱਲ ਇਜ਼ ਮੇਡ ਅਪ ਆਫ, ਪਲਾਂਟ ਦੀ ਸੈੱਲ ਦੀ ਜਿਹੜੀ ਫੋਲ ਹੁੰਦੀ ਹੈ ਅਖੀਰਲੀ ਸਭ ਤੋਂ ਆਊਟਸਾਈਡ ਵਾਲੀ, ਉਹ ਕਿਸ ਚੀਜ਼ ਦੀ ਹੁੰਦੀ ਹੈ? ਆਪਸ਼ਨ ਲਿਪਿਡਸ, ਵਿਟਾਮਿਨ, ਸੈਲੂਲੋਸ। ਡੀ ਆਪਸ਼ਨ ਫਿਰ ਨਹੀਂ ਹੈ, ਚਲੋ ਓਕੇ ਹੈ, ਬਿਕੋਜ਼ ਉਹ ਆਂਸਰ ਵੀ ਨਹੀਂ ਹੈ ਇਹਨਾਂ ਦਾ। ਈਜ਼ੀ ਹੋ ਗਿਆ ਬੱਚਿਆਂ ਲਈ ਹੈ ਨਾ, ਅੱਜ ਇੱਕ ਇੱਕ ਆਪਸ਼ਨ ਹੀ ਉਡਾ ਤੀ।
राइट आंसर है दोस्तों है सेलुलोज। तो जे मैं तुहानू पूछा कि सैल मैमब्रेन जो कि प्लांट सैल दे विच भी हुंदी है ते एनिमल दे विच भी हुंदी है, दिस इज कंपोज्ड ऑफ व्हाट एलिमेंट्स, तो उनका आंसर बनेगा ए एंड डी बोथ, लिपिड्स एंड प्रोटीन्स। ठीक है दोस्तों, सेल वॉल मेड अप ऑफ सेलुलोज, ठीक है जी, सेल वॉल किंदी बनी हुंदी सेलुलोज दी, ते जे मैं गल करा सेल मैमब्रेन दी ओ बनी हुंदी है लिपिड्स ते प्रोटीन्स दी। आज दा अपना लास्ट क्वेश्चन है, द ओनली हार्ड नॉन मेटल, इकलौता सख्त नॉन मेटल जेड़ा है, ऑप्शन है ऑक्सीजन, ग्रेफाइट, कार्बन एंड हीरा, बोले तो डायमंड। स्टूडेंट्स एंड द राइट आंसर है वो है अपने कोल ऑप्शन नंबर डी, दैट इज डायमंड। ओके, ये अपना की सब तो हार्डेस्ट नॉन मेटल है। सो स्टूडेंट्स जे तो ये अपने कोल की ने मैटर्स से नॉन मैटर दे विच कुछ एक्सेप्शंस एजम्पशन है, हर लेक्चर से एक एक हुंदा है, तो तुसी प्लीज स्क्रीनशॉट लेके रख लो, बिकॉज ये बहुत ज्यादा इंपॉर्टेंट है, एग्जाम विच आन वाला टॉपिक है। सो स्टूडेंट्स मिलते हैं आप अगले लेक्चर दे विच, आज दा लेक्चर इन्ना ही रखते हाँ। जे तुहानू लेक्चर वधिया लग्या होवे तुहानू लाइक करना, शेयर करना ते चैनल नू सबसक्राइब करना ना भुलना। थैंक यू सो मच, मीट यू सून, टाटा, सी यू, बाय बाय, टेक केयर।